पारिवारिक मेंबर में जिन्हों का रो रो के बुरा हाल है, गड्डी की जो कॉलेज में टक्कर होंगी है जिस तो बाद उन्होंने नेड़े के हस्पताल में लिया। ਵੀਰੇ ਕੀ ਪੂਰਾ ਮਾਮਲਾ ਕੀ ਨਾਮ ਆ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਹੈ ਜੀ ਅਤੇ ਮੈਂ ਪਿਛਲੇ ਡੇਢ ਸਾਲ ਤੋਂ ਬਾਈ ਦੀਪ ਸਿੱਧੂ ਦੇ ਨਾਲ ਸ਼ੰਭੂ ਮੋਰਚੇ ਦੇ ਉੱਤੇ 17 ਅਕਤੂਬਰ ਨੂੰ ਅਸੀਂ ਜਦੋਂ ਉੱਥੇ ਮੋਰਚੇ 'ਤੇ ਬਾਈ ਨੂੰ ਮਿਲੇ ਉਦੋਂ ਦਾ ਬਾਈ ਨਾਲ ਮੇਰਾ ਮਿਲਣ ਵਰਤਨ ਹੋਇਆ। ਉਸ ਤੋਂ ਬਾਅਦ ਅਸੀਂ ਫਿਰ ਦਿੱਲੀ ਵੱਲ ਨੂੰ ਜਦੋਂ ਕੂਚ ਕੀਤੀ ਹੈ 25 ਨਵੰਬਰ ਨੂੰ, ਉਸ ਤੋਂ ਬਾਅਦ ਬਾਈ ਨਾਲ ਸਾਡਾ ਪਿਆਰ ਜੋ ਬਣਿਆ ਜਿਹਦੇ ਬਦੌਲਤ ਅੱਜ ਅਸੀਂ ਇੱਥੇ ਖੜ੍ਹੇ ਹਾਂ, ਤੋ ਜੋ ਅੱਜ ਦੁੱਖ ਦੀ ਘੜੀ ਸਾਡੇ ਉਸ ਪਰਿਵਾਰ ਦੇ ਉੱਤੇ ਜਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਦੁੱਖ ਦੀ ਘੜੀ ਆਈ ਹੈ ਉਹਨੂੰ ਤੁਸੀਂ ਸਾਰੇ ਆਪਣੇ ਤਰੀਕੇ ਨਾਲ ਦੇਖ ਹੀ ਰਹੇ ਹੋ ਜੀ। ਕਿਵੇਂ ਐਕਸੀਡੈਂਟ ਪਤਾ ਲੱਗ ਪਾਇਆ, ਕਿਵੇਂ ਹੋਇਆ, ਕੀ ਕਾਰਨ? ਜਿੰਨੀ ਕੁ ਬਾਈ ਜੀ ਮੈਨੂੰ ਪਤਾ ਲੱਗੀ ਹੈ ਗੱਲ ਵੀ ਬਾਈ ਹੁਣੇ ਆਪਣੇ ਉੱਧਰ ਪਿੰਡ ਮੁਕਸਰ ਵਾਲੇ ਪਾਸੇ ਨੂੰ ਜਾ ਰਹੇ ਸੀਗੇ ਅਤੇ ਟਰੱਕ ਜੋ ਇੱਕ ਚੜ੍ਹਾਈ ਦੇ ਜਾ ਰਿਹਾ ਸੀ ਤਕਰੀਬਨ ਕਾਫੀ ਹੌਲੀ ਸੀਗਾ। ਉਸ ਦੌਰਾਨ ਪਰਮਾਤਮਾ ਜਾਣੇ ਕੀ ਗੱਲ ਹੋਈ ਆ ਵੀ ਕਿਵੇਂ ਟੱਕਰ ਹੋਈ ਆ ਉਹਦੇ ਬਾਰੇ ਹਲੇ ਪ੍ਰੋਪਰ ਪੁਲਿਸ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ, ਜੋ ਜਿੱਦਾਂ ਹੀ ਤੁਹਾਨੂੰ ਜੋ ਵੀ ਪਤਾ ਲੱਗੇਗਾ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਊਗਾ। ਇੱਥੇ ਦੀਪ ਬਾਈ ਦੇ ਹੁਣਾਂ ਦੇ ਘਰ ਆ ਜੀ, ਇੱਥੇ ਸ਼ਿਫਟ ਹੋ ਗਏ ਸੀਗੇ ਅਤੇ ਉੱਥੋਂ ਦੀ ਲੈ ਕੇ ਤੁਰ ਪਏ ਹੋਏ ਨੇ। ਰਾਸਤੇ ਸ਼ੰਭੂ ਬੈਰੀਅਰ ਥੋੜ੍ਹਾ ਟਾਈਮ ਲੱਗ ਸਕਦਾ, ਉਹ ਉੱਥੇ ਸੰਗਤਾਂ ਬਹੁਤ ਬਾਈ ਦੇ ਚਾਹਵਾਨ ਵਾਲੇ ਨੇ ਜੋ ਉੱਥੇ ਸਾਰੇ ਖੜ੍ਹੇ ਹੋਏ ਨੇ, ਉੱਥੇ ਵੇਟ ਹੋ ਰਹੀ ਹੈ ਅਤੇ ਤਕਰੀਬਨ 3:30 ਵਜੇ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ ਜੀ। ਵੀ ਜਿ ਬਾਈ ਉਹ ਬਾਈ ਸੀ ਨਾਲ ਉਹਨਾਂ ਦੇ ਕੋਈ ਫਰੈਂਡ ਸੀਗੇ ਜੀ, ਜਿੰਨਾ ਗੱਲ ਉੱਥੇ ਜੋ ਨਿਊਜ਼ 'ਤੇ ਵੀ ਹੈ ਦੋ ਜਾਣੇ ਸੀਗੇ ਟੋਟਲ, ਇੱਕ ਬਾਈ ਜੀ ਕੋਈ ਨਾਲ ਉਹਨਾਂ ਦੇ ਫਰੈਂਡ ਸੀਗੇ। ਉਹ ਠੀਕ ਨੇ ਦੂਜੇ? ਹਾਂ ਦੂਜੇ ਬਿਲਕੁਲ ਠੀਕ ਹੈ, ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ, ਉਹ ਘਰੇ ਚਲੇ ਗਏ। ਸੰਸਕਾਰ ਇੱਥੇ ਤਰੀਕੇ ਪਿੰਡ 'ਚ ਕਰਾਂਗੇ, ਕਿੰਨੇ ਵਜੇ ਜਾਣਗੇ? ਤਕਰੀਬਨ 5 ਵੱਜ ਜਾਣਗੇ ਜੀ, 5 ਵਜੇ ਦੇ ਕਰੀਬ ਸੰਸਕਾਰ ਆ ਜੀ। ਕੀ ਨਾਮ ਆਪਣਾ ਜੀ? ਮੇਰਾ ਨਾਮ ਅਮੋਲਿਕ ਰਤਨ ਸਿੰਘ ਹੈ ਜੀ। ਤੁਸੀਂ ਕੀ ਲੱਗਦੇ ਉਹਨਾਂ ਦੇ? ਮੈਂ ਦੀਪ ਬਾਈ ਦਾ ਕਜ਼ਨ ਸੀ, ਮਾਸੀ ਦਾ ਬੇਟਾ ਹਾਂ। ਇਹ ਕਿਵੇਂ ਹੋਇਆ ਐਕਸੀਡੈਂਟ, ਕੁਝ ਪਤਾ ਲੱਗ ਪਾਇਆ? ਦੇਖੋ ਜੀ, ਸਾਡੇ ਕੋਲ ਵੀ ਖਬਰ ਆਈ ਕਿਉਂਕਿ ਅਸੀਂ ਸਾਰੇ ਘਰ ਹੀ ਸੀ, ਨੋਰਮਲ ਦਿਨ ਵਾਂਗੂ ਆਪਣਾ ਦਿਨ ਬਤੀਤ ਕਰ ਰਹੇ ਸੀ ਤਾਂ ਇੱਕਦਮ 9:30 ਦੇ ਕਰੀਬ ਮੈਨੂੰ ਇੱਕ ਫੋਨ ਆਉਂਦਾ ਅਤੇ ਜਿਸ 'ਚ ਪਤਾ ਲੱਗਿਆ ਵੀ ਬਾਈ ਦਾ ਐਕਸੀਡੈਂਟ ਹੋ ਗਿਆ। ਇੱਕਦਮ ਸਿਚੁਏਸ਼ਨ ਪੈਨਿਕ ਹੋ ਗਈ, ਪਹਿਲਾਂ ਯਕੀਨ ਵੀ ਅਸੀਂ ਕੀਤਾ ਨਹੀਂ, ਬਟ ਜਦੋਂ ਸਾਨੂੰ ਯਕੀਨ ਹੋ ਗਿਆ ਸੋ ਧੱਕਾ ਤਾਂ ਸਭ ਨੂੰ ਲੱਗਿਆ ਵੀ ਪਰਿਵਾਰ ਸੀ ਸਾਡਾ, ਭਰਾ ਸੀਗਾ, ਛੋਟੀ ਉਮਰ ਦੇ ਵਿੱਚ ਹੀ ਇਸ ਤੋਂ ਤੁਰ ਗਏ ਅਤੇ ਹਾਲੇ ਤੱਕ ਜੋ ਪ੍ਰਸ਼ਾਸਨ ਵੱਲੋਂ ਸਾਨੂੰ ਦੱਸਿਆ ਗਿਆ ਵੀ ਉਹਨਾਂ ਦਾ ਐਕਸੀਡੈਂਟ ਹੋਇਆ, ਸੋ ਅਸੀਂ ਜਾਂਚ ਦੀ ਜ਼ਰੂਰ ਇੱਕ ਵਾਰ ਮੰਗ ਕਰਨੀ ਚਾਹਾਂਗੇ ਕਿਉਂਕਿ ਤਮਾਮ ਗਵਾਹਾਂ ਨੇ ਉੱਥੇ ਕਿਹਾ ਹੈ ਵੀ ਕਿਤੇ ਨਾ ਕਿਤੇ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ। ਗੱਡੀ ਖੁਦ ਚਲਾ ਰਹੇ ਸੀ? ਹਾਂਜੀ ਬਾਈ, ਕਿਉਂਕਿ ਖੁਦ ਚਲਾ ਰਹੇ ਸੀ ਉਹ, ਦੋ ਜਾਣੇ ਸੀ ਉਸ ਵਕਤ ਜੀ। ਦੂਜੇ ਦੀ ਕੀ ਹਾਲਤ? ਦੂਜਿਆਂ ਨੂੰ ਸੱਟਾਂ ਜ਼ਰੂਰ ਨੇ ਲੱਗੀਆਂ, ਮਾਮੂਲੀ ਸੱਟਾਂ ਕਿਉਂਕਿ ਡਰਾਈਵਰ ਸਾਈਡ ਵੱਜੀ, ਕਿਉਂਕਿ ਇੱਕਦਮ ਉਹਨਾਂ ਨੇ ਜਦੋਂ ਕੱਟੀ ਕਾਰ ਕੱਟਣ ਦੀ ਕੋਸ਼ਿਸ਼ ਕੀਤੀ ਕੰਡਕਟਰ ਸਾਈਡ ਬਚ ਗਈ ਅਤੇ ਡਰਾਈਵਰ ਸਾਈਡ ਲੱਗ ਗਈ। ਹੁਣ ਉਹਨਾਂ ਦੀ ਡੈੱਡ ਬੋਡੀ ਇੱਥੇ ਆ ਰਹੀ ਹੈ, ਕਿਸ ਸਮੇਂ ਆ ਰਹੀ ਹੈ ਅਤੇ ਕਿੱਥੇ? ਡੈੱਡ ਬੋਡੀ ਇੱਥੇ ਲੈ ਉੱਥੋਂ ਚੱਲ ਪਏ ਆ ਜੀ, ਪੋਸਟਮਾਰਟਮ ਇੱਥੇ ਲੁਧਿਆਣੇ ਆ ਲੈ ਕੇ ਆ ਰਹੇ ਆ ਜੀ ਉਹਨਾਂ ਦੇ ਘਰ ਅਤੇ 3:00 ਵਜੇ 5 ਵਜੇ ਦੇ ਕਰੀਬ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਵਾਈਫ ਕੌਣ ਕੌਣ ਨੇ ਜੀ? ਉਹ ਆ ਰਹੇ ਨੇ, ਉਹ ਬੰਬੇ ਤੋਂ ਫਲਾਈ ਕਰ ਰਹੇ ਨੇ, ਉਹ ਕੁਝ ਸਮੇਂ ਵਿੱਚ ਇੱਥੇ ਪਹੁੰਚ ਜਾਣਗੇ। ਦੀਪ ਜੀ ਕਿੰਨੇ ਭਰਾ ਨੇ? ਦੀਪ ਜੀ, ਦੀਪ ਬਾਈ ਹੋਰੇ 3 ਭਰਾ ਹਨ, ਸਭ ਤੋਂ ਵੱਡੇ ਦੀਪ ਬਾਈ ਹਨ, ਵਿਚਾਲੜਲੇ ਨਵਦੀਪ ਬਾਈ ਉਹ ਕੈਨੇਡਾ ਵਿਖੇ ਰਹਿੰਦੇ ਨੇ ਅਤੇ ਤੀਸਰੇ ਮਨਦੀਪ ਸਿੱਧੂ ਬਾਈ ਉਹ ਇੱਥੇ ਵਕੀਲ ਨੇ। ਇਸ ਕੋਠੀ ਵਿੱਚ ਕੌਣ ਕੌਣ ਰਹਿੰਦੇ? ਇੱਥੇ ਸਾਰਾ ਪਰਿਵਾਰ ਹੀ ਰਹਿੰਦਾ ਜੀ, ਜਦੋਂ ਦੀਪ ਬਾਈ ਆਉਂਦੇ। ਹਾਂਜੀ, ਦੀਪ ਬਾਈ ਆਉਂਦੇ ਇੱਥੇ ਹੀ ਰਹਿੰਦੇ ਨੇ ਅਤੇ ਸਾਡੇ ਮਾਸੀ ਜੀ ਰਹਿੰਦੇ ਨੇ, ਦੀਪ ਬਾਈ ਦੇ ਮਦਰ, ਉਹਨਾਂ ਦੇ ਬ੍ਰਦਰ, ਛੋਟੇ ਬ੍ਰਦਰ ਮਨਦੀਪ ਸਿੱਧੂ ਅਤੇ ਉਹਨਾਂ ਦੇ ਬੱਚੇ ਅਤੇ ਵਾਈਫ।